ਅਸੀਂ ਕਿਸੇ ਨੂੰ ਕਹਿ ਤਾਂ ਨਹੀਂ ਤੁਸੀਂ ਪੀਓ ਜਾਂ ਤੁਸੀਂ ਬੰਦੇ ਮਾਰੋ, ਸਾਡੇ ਸ਼ੋਅ 'ਤੇ ਅੱਜ ਤੱਕ ਕਦੇ ਗੋਲੀ ਨਹੀਂ ਚੱਲੀ ਕੋਈ। ਜੇ ਤੁਸੀਂ ਦੇਖ ਲਿਓ ਚਾਹੇ ਰੀਸਰਚ ਕਰ ਲਿਓ, ਅੱਜ ਤੱਕ ਨਾ ਤਾਂ ਕਦੇ ਕੋਈ ਲੜਾਈ ਹੋਈ ਹੈ ਸਾਡੇ ਉੱਥੇ ਹੁੰਦੇ ਹੋਏ। ਇਹ ਸਿਰਫ ਅਸੀਂ ਗਾਉਂਦੇ ਨਹੀਂ ਵੀਰੇ, ਜੇ ਮੂਹਰੇ ਲੋਕ ਸੁਣਦੇ ਅਸੀਂ ਤਾਂ ਇਹਨੂੰ ਗਾਉਂਦੇ ਹਾਂ। ਸਾਡਾ ਕਿਹੜਾ ਜੀ ਕਰਦਾ ਵੀ ਅਸੀਂ ਆਪਣੇ ਘਰ ਚਲਾਉਣੇ, ਰੋਟੀ ਪਾਲਣੀ ਆ, ਐਡੀ ਦੂਰ ਆਏ ਬੈਠੇ ਹਾਂ ਨਾ, ਸਾਡਾ ਵੀ ਇੱਕ ਕਿੱਤਾ ਹੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਜਗਬਣ ਟੀ ਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਸਾਡੇ ਨਾਲ ਜੋ ਦੋ ਸਿੰਗਰ ਸਾਡੇ ਨਾਲ ਅੱਜ ਮੌਜੂਦ ਨੇ ਕੈਨੇਡਾ ਤੋਂ, ਜੋ ਕਿ ਅਜੇ ਹੀ ਇੱਥੇ ਸ਼ੋਅ ਕਰਨ ਆਏ ਨੇ, ਜੋ ਕਿ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ, ਕਰਨ ਔਜਲਾ ਅਤੇ ਦੀਪ ਚੰਡੂ। ਸਵਾਗਤ ਹੈ ਭਾਈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸਾਰੇ ਜਗਬਾਣੀ ਟੀ ਵੀ ਦੇਖ ਰਹੇ ਸਰੋਤਿਆਂ ਨੂੰ ਸਾਡੇ ਦੋਨਾਂ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਮੇਰੇ ਵੱਲੋਂ ਥੈਂਕ ਯੂ। ਹਾਂਜੀ ਭਾਅ ਜੀ, ਅੱਜ ਤੁਸੀਂ ਮੈਲਬਨ ਉਤਰੇ ਹੋ, ਸ਼ੋਅ ਆ ਤੁਹਾਡਾ ਪਰਸੋਂ ਨੂੰ, ਕਿੱਦਾਂ ਦੀ ਤਿਆਰੀ ਆ? ਅਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਦੂਜਾ ਸਾਲ ਹੈ ਇੱਥੇ ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਅਸੀਂ ਸ਼ੋਅ ਇਸ ਵਾਰ ਦੂਜੀ ਵਾਰੀ ਕਰਨ ਆ ਰਿਹਾ, ਮੈਂ ਅਤੇ ਦੀਪ ਚੰਡੂ ਵੀਰਾਂ, ਅਤੇ ਅੱਗੇ ਵੀ ਹੋਪਫੁਲੀ ਆਉਂਦੇ ਰਹਾਂਗੇ। ਅਤੇ ਤਿਆਰੀ ਪੂਰੀ ਹੈ ਜੀ, ਕੱਲ੍ਹ ਨੂੰ ਮੀਟ ਐਂਡ ਗ੍ਰੀਟ ਅਤੇ ਪਰਸੋਂ ਨੂੰ ਟਰੈਕ ਲਾਂਚ ਤੁਰਕ ਦੇ ਵਿੱਚ ਪਹਿਲਾ ਸ਼ੋਅ ਆਸਟ੍ਰੇਲੀਆ ਦਾ ਮੈਲਬਰਨ ਦੇ ਵਿੱਚ, ਅਤੇ ਆਲਮੋਸਟ ਸੋਲਡ ਆਊਟ ਹੈ ਜਿਵੇਂ ਕਿ ਬਲਵਿੰਦਰ ਭਾਅ ਜੀ ਹੁਣੀ ਸਾਰੇ ਦੱਸ ਰਹੇ ਸੀਗੇ, ਅਤੇ ਹੋਪਫੁਲੀ ਤੁਸੀਂ ਸਾਰੇ ਆਓਗੇ ਮੈਲਬਰਨ ਵਾਲੇ ਉੱਤੇ, ਆਪਾਂ ਪੂਰੀ ਖੱਪ ਪਾਵਾਂਗੇ, ਭੰਗੜੇ ਪਾਵਾਂਗੇ ਜੀ। ਸ਼ੁਕਰੀਆ ਜੀ। ਹਾਂਜੀ, ਮੈਂ ਇੱਕ ਸਵਾਲ ਤੁਹਾਡੇ ਤੋਂ ਜਾਣਨਾ ਚਾਹੁੰਦਾ ਜੀ। ਕਰਨ ਔਜਲਾ ਗਾਉਂਦਾ ਵੀ ਹੈ, ਕਰਨ ਔਜਲਾ ਲਿਖਦਾ ਵੀ ਹੈ, ਅਤੇ ਕਰਨ ਔਜਲੇ ਨੂੰ ਜ਼ਿਆਦਾ ਮਜ਼ਾ ਕਿਹਦੇ ਵਿੱਚ ਆਉਂਦਾ, ਲਿਖਣ ਵਿੱਚ ਆਉਂਦਾ ਜਾਂ ਗਾਉਣ ਵਿੱਚ? ਦੇਖੋ ਜੀ, ਇਹ ਮਜ਼ਾ ਤਾਂ ਚਲੋ ਦੋਨਾਂ 'ਚ ਆਉਂਦਾ, ਪਰ ਜ਼ਿਆਦਾ ਮੈਂ ਲਾਈਕ ਲਿਖਣਾ ਕਰਦਾ ਕਿਉਂਕਿ ਮੈਂ ਲਿਖਣ ਤੋਂ ਸਟਾਰਟ ਕੀਤਾ ਸੀ ਜੀ, ਸੋ ਮੈਂ ਲਿਖਣਾ ਜ਼ਿਆਦਾ ਪਸੰਦ ਕਰਦਾ। ਪਰ ਭਾਅ ਜੀ, ਗੀਤਾਂ ਦੇ ਵਿੱਚ ਇੱਕ ਤੁਸੀਂ ਇੱਕ ਜਿਹੜਾ ਇੱਕ ਵਧੀਆ ਮੁਕਾਮ ਹਾਸਲ ਕਰ ਚੁੱਕੇ ਹੋ, ਯੂਥ ਤੁਹਾਨੂੰ ਫੋਲੋ ਕਰਦਾ ਹੈ, ਹੁਣ ਗੀਤਾਂ ਤੋਂ ਬਿਨਾਂ ਤੁਹਾਡਾ ਕੋਈ ਫਿਲਮਾਂ ਵੱਲ ਆਉਣ ਦਾ ਕੋਈ ਧਿਆਨ ਜਾਂ ਕੋਈ ਪ੍ਰੋਜੈਕਟ ਇਸ ਤਰ੍ਹਾਂ ਦਾ ਕੋਈ ਚੱਲ ਰਿਹਾ? ਹਾਂਜੀ ਵੀਰੇ, ਅਸੀਂ ਟਰਾਈ ਕਰ ਰਹੇ ਹਾਂ ਜੀ, ਕੰਮ ਕਰ ਰਹੇ ਹਾਂ ਚੀਜ਼ ਦੇ ਉੱਤੇ, ਹੋਪਫੁਲੀ ਅਗਲੇ ਸਾਲ ਦੇ ਐਂਡ ਤੋਂ ਪਹਿਲਾਂ ਮੂਵੀ ਦੇ ਬਾਰੇ ਜਾਣਕਾਰੀ ਦੇਵਾਂਗੇ, ਅਤੇ ਇਸ ਟਾਈਮ ਉਹਦੇ ਬਾਰੇ ਬੜਾ ਬੋਲ ਨਹੀਂ ਸਕਦਾ, ਪਰ ਅਸੀਂ ਇਹਦੇ ਉੱਤੇ ਕੰਮ ਕਰ ਰਹੇ ਹਾਂ ਜੀ। ਹਾਂਜੀ ਭਾਅ ਜੀ, ਤੁਹਾਡਾ ਹੁਣ ਪਰਸੋਂ ਸ਼ੋਅ ਆ ਆਸਟ੍ਰੇਲੀਆ 'ਚ ਵੀ, ਤੁਸੀਂ ਹੋਰ ਸ਼ਹਿਰਾਂ 'ਚ ਵੀ ਸ਼ੋਅ ਲਾਉਣੇ ਨੇ, ਇੱਥੇ ਦੀ ਆਸਟ੍ਰੇਲੀਆ ਦੀ ਆਡੀਅੰਸ ਅਤੇ ਕੈਨੇਡਾ ਦੀ ਆਡੀਅੰਸ ਦੇ ਵਿੱਚ ਕੋਈ ਤੁਹਾਨੂੰ ਫਰਕ ਲੱਗਦਾ ਵੀ ਇੱਥੇ? ਆਪਾਂ ਇਹ ਤਾਂ ਸਾਰੇ ਪੰਜਾਬ ਤੋਂ ਹੀ ਹਾਂ, ਸਾਰੇ ਪੰਜਾਬੀ ਹਾਂ, ਸਾਰੇ ਪੰਜਾਬੀ ਓਬਵੀਅਸਲੀ ਸੇਮ ਆ, ਹੈ ਨਾ, ਫਰਕ ਤਾਂ ਕੋਈ ਨਹੀਂ, ਸਾਰੇ ਜਿਹੜੇ ਪਿਆਰ ਕਰਦੇ ਨੇ ਇੱਕੋ ਜਿਹੇ ਲੱਗਦੇ ਆ, ਸਾਰੇ ਸੇਮ ਲੱਗਦੇ ਆ, ਸਾਰਿਆਂ ਨੂੰ ਇੱਕ ਨਜ਼ਰੀਏ ਨਾਲ ਦੇਖੀ ਦਿਓ ਵੀ, ਸਾਨੂੰ ਇੱਕ ਨਜ਼ਰੀਆ ਦੇ ਦਿਓ, ਸਾਰਿਆਂ ਨਾਲ ਵਧੀਆ ਲੱਗਦਾ ਬਾਈ। ਮੇਰਾ ਵੈਸੇ ਸਵਾਲ ਇਹ ਸੀਗਾ, ਕਿਉਂਕਿ ਇੱਥੇ ਸਾਡੇ ਜਿਹੜਾ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਯੂਥ ਆਇਆ ਹੋਇਆ, ਹਾਂਜੀ, ਕੈਨੇਡਾ ਦੇ ਵਿੱਚ ਜਿਹੜੇ ਫੈਮਲੀਜ਼ ਗਈਆਂ ਹੋਣੀਆਂ, ਕਿਉਂਕਿ ਜਦੋਂ ਫੈਮਲੀਜ਼ ਹੁੰਦੀਆਂ ਉਹਨਾਂ ਦਾ ਟੇਸਟ ਕੁਛ ਹੋਰ ਤਰ੍ਹਾਂ ਦਾ ਹੁੰਦਾ, ਯੂਥ ਦਾ ਜਿਹੜਾ ਕੁਛ ਟੇਸਟ ਹੈ ਉਹ ਹੋਰ ਤਰ੍ਹਾਂ ਦਾ ਹੁੰਦਾ, ਹੈ ਨਾ, ਤੁਹਾਡੇ ਮੋਸਟਲੀ ਯੂਥ ਹੀ ਤੁਹਾਨੂੰ ਇੱਥੇ ਫੋਲੋ ਕਰਦਾ, ਤਾਂ ਤੁਹਾਡੇ ਮੇਰੇ ਖਿਆਲ ਨਾਲ ਜਿਹੜੇ ਤੁਹਾਡੇ ਫੈਨ ਫੋਲੋਇੰਗ ਇੱਥੇ ਵੀ ਜ਼ਿਆਦਾ ਨੇ, ਹਾਂਜੀ, ਇਸ ਸੰਦਰਭ ਦੇ ਵਿੱਚ ਸੀ ਮੇਰਾ ਸਵਾਲ। ਹਾਂਜੀ, ਯੂਥ, ਹਾਂਜੀ ਬਿਲਕੁਲ ਸਹੀ ਗੱਲ ਆ ਤੁਹਾਡੀ, ਯੂਥ ਦੀ ਜਿਹੜੇ ਗਾਣੇ ਉਹ ਅਲੱਗ ਹੁੰਦੇ ਜਿਹੜੇ, ਪਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿਹੜੇ ਮੇਰੇ ਸ਼ਾਇਦ ਤੁਸੀਂ ਗਾਣੇ ਸੁਣੇ ਹੋਣ ਵੀ ਉਹ ਸਾਰੀ ਓਲਡ ਜਨਰੇਸ਼ਨ ਅਤੇ ਯੰਗ ਜਨਰੇਸ਼ਨ ਦੇ ਲਈ ਉਹ ਬਣੇ ਹੁੰਦੇ ਆ ਬਾਈ ਜੀ। ਸੋ ਸਾਡੇ ਦੋ ਤਰ੍ਹਾਂ ਸ਼ੋਅ ਹੁੰਦੇ ਆ ਬਾਈ, ਇੱਕ ਤਾਂ ਫੈਮਲੀ ਜਿਹੜੇ ਸਿਟਿੰਗ ਸ਼ੋਅ ਹੁੰਦੇ ਆ, ਲਾਈਵ ਸ਼ੋਅ, ਹੈ ਨਾ, ਉਹ ਵੀ ਇੱਥੇ ਹੈਗੇ ਨੇ ਆਸਟ੍ਰੇਲੀਆ ਬ੍ਰਿਸਬੇਨ ਦੇ ਵਿੱਚ, ਲਾਈਵ ਸ਼ੋਅ ਹੋਊਗਾ, ਸੋ ਉੱਥੇ ਫੈਮਲੀਜ਼ ਆ ਕੇ ਇੰਜੋਏ ਕਰ ਸਕਦੀਆਂ ਨੇ। ਜਿਹੜੇ ਯੂਥ ਸ਼ੋਅ ਨੇ, ਜਿਹੜੇ ਕਲੱਬ ਸ਼ੋਅ ਨੇ, ਉਹ ਸਿਰਫ ਆਪਣੇ ਜਿੱਦਾਂ ਯੰਗ ਨੇ, ਆਪਣੇ ਟੀਨੇਜਰਸ ਐਵਰੀਬਡੀ, ਹੈ ਨਾ, ਉਹ ਸਾਰੇ ਆ ਕੇ ਇੰਜੋਏ ਕਰ, ਸੋ ਆਪਾਂ ਸਾਰਿਆਂ ਲਈ ਗਾਈਦਾ ਵੀਰੇ, ਨਾ ਕਿ ਇਕੱਲੇ ਯੰਗ ਯੂਥ ਲਈ, ਈਵਨ ਓਲਡ ਜਨਰੇਸ਼ਨ ਲਈ। ਹਾਂਜੀ ਭਾਅ ਜੀ, ਬਹੁਤ ਹੀ ਵਾਰ ਮੰਨਿਆ ਗਿਆ ਆ ਜਾਂ ਬਹੁਤੇ ਜਿਹੜੇ ਪੁਰਾਣੇ ਗੀਤਕਾਰ ਨੇ ਉਹਨਾਂ ਦਾ ਕਿਤੇ ਨਾ ਕਿਤੇ ਇਹ ਕੰਸਰਨ ਰਹਿੰਦਾ ਆ ਵੀ ਜਿਹੜੇ ਨਵੇਂ ਗੀਤਕਾਰ ਨੇ ਜਾਂ ਨਵੇਂ ਗਾਇਕ ਨੇ ਉਹਨਾਂ ਦੇ ਗੀਤਾਂ ਦੇ ਵਿੱਚ ਜਿਹੜੀ ਆ ਥੋੜ੍ਹੀ ਜਿਹੀ ਨਾ ਇੰਗਲਿਸ਼ ਭਾਰੂ, ਵਰਡ ਥੋੜ੍ਹੇ ਜਿਹੇ ਭਾਰੂ ਨੇ, ਕਿਉਂਕਿ ਟੋਟਲੀ ਜੋ ਕਿ ਪੰਜਾਬੀ, ਕਿਉਂਕਿ ਇੰਨੀ ਸਟਰੋਂਗ ਵੋਕੈਬਲਰੀ ਹੈਗੀ ਆ ਵੀ ਉੱਥੋਂ ਵੀ ਜਿਹੜੇ ਆ ਸ਼ਬਦ ਕੱਢੇ ਜਾ ਸਕਦੇ ਨੇ, ਹੈ ਨਾ, ਪਰ ਕਿਤੇ ਨਾ ਕਿਤੇ ਉਹਨਾਂ ਦਾ ਕੰਸਰਨ ਆ ਵੀ ਕੀ ਤੁਹਾਨੂੰ ਲੱਗਦਾ ਵੀ ਸਿਰਫ ਤੁਸੀਂ ਯੂਥ ਕਰਕੇ ਇਹ ਜਿਹੜੀ ਆ ਗੀਤਾਂ ਦੀ ਇੱਦਾਂ ਦੀ ਚੋਣ ਕਰਦੇ ਹੋ ਜਾਂ ਕੋਈ ਹੋਰ ਰੀਜ਼ਨ ਇਹਦੇ ਵਿੱਚ? ਇਹ ਸਵਾਲ ਜਵਾਬ ਦੀਪ ਵੀਰਾਂ ਦਊਗੇ। ਅੱਛਾ ਜੀ, ਇਹ ਸਵਾਲ ਚੰਗਾ ਕੀਤਾ ਸੀ ਭਾਅ ਜੀ। ਇਹ ਸਵਾਲ ਦਾ ਮੈਂ ਜਵਾਬ ਦੇਣਾ ਚਾਹੁੰਦਾ ਇਸ ਸਵਾਲ ਦਾ, ਇਹ ਹੈ ਕਿਉਂਕਿ ਮੈਂ, ਮੇਰੇ ਲੱਗਦਾ ਲੋਕਾਂ ਨੂੰ ਪਤਾ ਨਹੀਂ, ਮੈਂ ਕੈਨੇਡਾ ਦਾ ਬੋਰਨ ਬਰੋਟਅਪ ਹਾਂ ਜੀ, ਠੀਕ ਹੈ, ਅਤੇ ਜਿਹੜੇ ਉੱਥੋਂ ਦੀ ਜਿਹੜੀ ਜਨਰੇਸ਼ਨ ਹੈ ਉਹ ਇੰਗਲਿਸ਼ ਹੀ ਬੋਲਦੀ ਹੈ, ਠੀਕ ਹੈ, ਜਿਹੜੀ ਨਵੀਂ ਪੰਜਾਬੀ ਬੋਲਦੇ ਘਰਾਂ ਦੇ ਵਿੱਚ ਪਰ ਇੰਗਲਿਸ਼ ਬੋਲਦੇ, ਉਹਦੇ ਨਾਲ ਜੋੜਨ ਲਈ ਆਪਣਾ ਕਲਚਰ ਇੰਗਲਿਸ਼ ਵਰਡ ਵਿੱਚ ਐਡ ਕਰਨ ਲਈ ਬਹੁਤ ਜ਼ਰੂਰੀ ਹੈ ਜੀ, ਠੀਕ ਹੈ, ਅਤੇ ਉਹਦੇ ਨਾਲ ਆਪਣਾ ਕਲਚਰ ਹੋਰ ਗਰੋਅ ਹੁੰਦਾ ਜੋ ਮੇਰੀ ਸੋਚਣੀ ਹੈ, ਠੀਕ ਹੈ, ਕਿਉਂਕਿ ਜਿਹੜੇ ਮੇਰੇ ਏਜ ਗਰੁੱਪ ਦੇ ਵਿੱਚ ਜੋ ਮੈਂ ਉੱਥੇ ਬੋਰਨ ਹੋਇਆ, ਮੋਸਟਲੀ ਉਹਨਾਂ ਨੂੰ ਪੰਜਾਬੀ ਇੰਨੀ ਆਉਂਦੀ ਨਹੀਂ, ਮੈਂ ਕੋਸ਼ਿਸ਼ ਕਰਦਾ, ਬਟ ਜਦੋਂ ਆਪਾਂ ਇੰਗਲਿਸ਼ ਵਰਡ ਪੰਜਾਬੀ ਦੇ ਵਿੱਚ ਐਡ ਕਰਦੇ ਹਾਂ ਉਹ ਵੀ ਸੰਗੀਤ ਦੇ ਵਿੱਚ ਜੋ ਲੋਕ ਇੰਜੋਏ ਕਰਦੇ ਡਾਂਸ ਪਾਰਟੀਆਂ 'ਤੇ, ਉਹ ਫਿਰ ਆਪਣਾ ਕਲਚਰ ਹੋਰ ਗਰੋਅ ਹੁੰਦਾ ਜੀ, ਉਹ ਕੋਈ ਮਾੜੀ ਚੀਜ਼ ਨਹੀਂ ਹੈਗੀ ਜੋ ਮੈਂ ਸੋਚਦਾ, ਮੈਨੂੰ ਲੱਗਦਾ ਵਧੀਆ ਚੀਜ਼ ਆ ਵੀ ਆਪਾਂ ਨੂੰ ਐਡ ਕਰਨਾ ਚਾਹੀਦਾ ਵੀ, ਕਈ ਤੁਸੀਂ ਗਾਣੇ ਸੁਣਦੇ ਹੋਣਗੇ ਮੇ ਬੀ ਬੋਲੀਵੁੱਡ ਦੇ ਵਿੱਚ ਵੀ ਸਪੈਨਿਸ਼ ਐਡ ਕਰਦੇ ਆ, ਹੋਰ ਕਲਚਰ ਅਤੇ ਜਿਹੜੇ ਮਦਰ ਟੰਗ ਆ ਆਪਣੇ
ਪੇ ਜਿਹੜੇ ਆ ਨਸ਼ਿਆਂ ਨੂੰ ਵੀ ਪ੍ਰਮੋਟ ਕਰਦੇ ਨੇ, ਹਥਿਆਰਾਂ ਨੂੰ ਵੀ ਪ੍ਰਮੋਟ ਕਰਦੇ ਨੇ, ਜਾਂ ਕੁਛ ਗੈਂਗਵਾਰਾਂ ਨੂੰ ਵੀ ਪ੍ਰਮੋਟ ਕਰਦੇ ਨੇ। ਈਵਨ ਉਹ ਆਪਾਂ ਪਿੱਛੇ ਜਿਹੇ ਨਿਊਜ਼ ਵਿੱਚ ਵੀ ਵੇਖਿਆ ਕੈਨੇਡਾ ਦੇ ਵਿੱਚ ਸ਼ੋਜ਼ ਹੋਏ ਨੇ, ਉੱਥੇ ਗੋਲੀ ਵੀ ਚੱਲੀ ਨੇ, ਗਲਤ ਜਿਹੜਾ ਆ ਕਮਿਊਨਿਟੀ ਦੇ ਵਿੱਚ ਗਲਤ ਮੈਸੇਜਸ ਵੀ ਗਏ ਨੇ ਨਾ। ਐਜ਼ ਏ ਗਾਇਕ ਦੇ ਤੌਰ 'ਤੇ ਇਹ ਕਿੱਡੀ ਕੁ ਰਿਸਪੋਂਸੀਬਿਲਟੀ ਬਣਦੀ ਹੈ ਉਹਦੀ, ਪਹਿਲਾਂ ਗੀਤਾਂ ਦੀ ਚੋਣ ਉਸ ਹਿਸਾਬ ਨਾਲ ਕਰੋ, ਕਿਉਂਕਿ ਯੂਥ ਇੱਕ ਜੋ ਵੀ ਗੀਤ ਗਾਇਕ ਗੀਤ ਗਾਉਂਦਾ ਇੱਕ ਮੈਸੇਜ ਤਾਂ ਜਾਂਦਾ ਨਾ, ਜੇ ਚੰਗਾ ਗਾਉਂਗੇ ਚੰਗਾ ਮੈਸੇਜ ਆਊਗਾ, ਮਾੜਾ ਗਾਉਂਗੇ ਮਾੜਾ ਜਾਊਗਾ ਨਾ, ਕਿਉਂਕਿ ਯੂਥ ਨੇ ਭਾਅ ਜੀ ਉਹੀ ਫੋਲੋ ਕਰਨਾ ਨਾ, ਜੋ ਵੀ ਤੁਸੀਂ ਨਹੀਂ ਜਾਂ ਕਿਸੇ ਵੀ ਗਾਇਕ ਨੇ ਜੋ ਵੀ ਗਾਉਣਾ ਹੈ ਨਾ, ਤਾਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਬਾਈ ਜੀ ਮੇਰਾ ਮਾਂ 'ਤੇ ਗਾਣਾ ਆਇਆ ਸੀ, ਤੁਸੀਂ ਸੁਣਿਆ? ਨਹੀਂ ਸੁਣਿਆ ਹੋਣਾ ਜੀ। ਦਾਰੂ 'ਤੇ ਆਇਆ ਸੀ ਉਹ ਸੁਣਿਆ? ਸੁਣਿਆ ਹੋਣਾ ਬਾਈ ਪੱਕਾ। ਮੈਂ ਉਹ ਸੁਣਿਆ ਤੁਹਾਡਾ ਉਜਲਾ ਪਿਆਰਾਂ ਵਿੱਚ ਬੈਸਟ ਕੋਲੇ। ਇਹੀ ਚੱਕਰ ਆ ਵੀਰੇ, ਸਿਰਫ ਆਡੀਅੰਸ ਦੇ ਨਾਲ ਅਸੀਂ ਵੀ ਆਪਣੇ ਘਰ ਚਲਾਉਣੇ, ਰੋਟੀ ਪਾਲਣੀ ਆ, ਐਡੀ ਦੂਰ ਆਏ ਬੈਠੇ ਹਾਂ ਨਾ, ਸਾਡਾ ਵੀ ਇੱਕ ਕਿੱਤਾ ਹੀ ਹੈ, ਜਿਵੇਂ ਤੁਹਾਡਾ ਆਹ ਕਿੱਤਾ ਹੈ ਨਾ, ਸਾਡੇ ਵੀ ਇਹ ਕਿੱਤਾ, ਸਾਡੀ ਫੀਲਡ ਆ ਹੀ ਪੈਸੇ ਕਮਾਉਣੇ ਇਹ ਤੋਂ, ਹੈ ਨਾ। ਸੋ ਅਸੀਂ ਆਪਣੀ ਫੈਮਿਲੀ ਨੂੰ ਦੇਖ ਕੇ ਸਾਰਾ ਕੁਛ ਕਰਦੇ ਹਾਂ, ਇਹ ਸਿਰਫ ਅਸੀਂ ਗਾਉਂਦੇ ਨਹੀਂ ਵੀਰੇ, ਜੇ ਮੂਹਰੇ ਲੋਕ ਸੁਣਦੇ ਅਸੀਂ ਤਾਂ ਇਹਨੂੰ ਗਾਉਂਦੇ ਹਾਂ, ਸਾਡੇ ਵੀ ਸਾਡਾ ਕਿਹੜਾ ਜੀ ਕਰਦਾ ਵੀ ਅਸੀਂ ਕਿਸੇ ਨੂੰ ਕਹੀਏ ਤੁਸੀਂ, ਅਸੀਂ ਕਿਸੇ ਨੂੰ ਕਹਿ ਤਾਂ ਨਹੀਂ ਤੁਸੀਂ ਪੀਓ ਜਾਂ ਤੁਸੀਂ ਬੰਦੇ ਮਾਰੋ, ਸਾਡੇ ਸ਼ੋਅ 'ਤੇ ਅੱਜ ਤੱਕ ਕਦੇ ਗੋਲੀ ਨਹੀਂ ਚੱਲੀ ਪਈ, ਜੇ ਤੁਸੀਂ ਦੇਖ ਲਿਓ ਚਾਹੇ ਰੀਸਰਚ ਕਰ ਲਿਓ, ਅੱਜ ਤੱਕ ਨਾ ਤਾਂ ਕਦੇ ਕੋਈ ਲੜਾਈ ਹੋਈ ਹੈ, ਸਾਡੇ ਉੱਥੇ ਹੁੰਦੇ ਹੋਏ, ਸਾਡੇ ਜਾਣ ਤੋਂ ਪਹਿਲਾਂ ਹੋ ਜਾਵੇ, ਸਾਡੇ ਜਾਣ ਤੋਂ ਬਾਅਦ ਹੋ ਜਾਵੇ, ਉਹਦੇ ਅਸੀਂ ਰਿਸਪੋਂਸੀਬਲ ਨਹੀਂ, ਸਾਡੇ ਉੱਥੇ ਹੁੰਦੇ ਹੋਏ ਜੇ ਕੋਈ ਲੜਾਈ ਹੁੰਦੀ ਉਹਦੇ ਅਸੀਂ ਰਿਸਪੋਂਸੀਬਲ ਹਾਂ, ਅਤੇ ਅੱਜ ਤੱਕ ਉਹ ਹੋਈ ਨਹੀਂ ਅਤੇ ਪਰਮਾਤਮਾ ਕਰੇ ਅੱਗੇ ਵੀ ਨਾ ਹੋਵੇ। ਬਾਕੀ ਜਿਹੜਾ ਇਹ ਅਸੀਂ ਵੀਰੇ ਸਾਰੇ ਤਰ੍ਹਾਂ ਦੇ ਗਾਣੇ ਗਾਉਣੇ, ਮੇਰਾ ਗਾਣਾ ਫੈਕਟਸ ਆਇਆ ਸੀਗਾ, ਨੋ ਨੀਡ ਆਇਆ ਸੀਗਾ, ਬਹੁਤ ਗਾਣਾ ਆਇਆ, ਮਾਂ ਪਿਓ ਦੇ ਉੱਤੇ ਗਾਣੇ ਬਹੁਤ ਆਏ ਨੇ, ਉਹਨਾਂ ਦੇ ਵਿਊ ਇੰਨੇ ਨਹੀਂ ਹੋਏ ਹੈਗੇ, ਵਾਜ ਗਾਣਾ ਆਇਆ, ਵਾਜ ਫਕੀਰਾਂ ਦੀ ਕਮਲ ਕਰਿਆ ਨੇ ਗਾਈ, ਉਹਨਾਂ ਦੇ ਵਿਊ ਇਹਨੇ ਕੀ 10 ਮਿਲੀਅਨ 15 ਮਿਲੀਅਨ ਹੈ ਨਾ। ਅਤੇ ਜਿਹੜੇ ਮੈਂ ਦਾਰੂ 'ਤੇ ਗਾਣੇ ਕੱਢੇ ਆ ਜਾਂ ਕੱਢਿਆ ਆ, ਜਿਹੜਾ ਤੁਸੀਂ ਹੁਣੇ ਕਿਹਾ ਡੋਂਟ ਲੁੱਕ, ਇਹਨਾਂ ਦੇ 80-80 ਮਿਲੀਅਨ ਵਿਊ ਹੋਏ ਨੇ, ਹੁਣ ਓਬਵੀਅਸਲੀ ਵੀਰੇ ਮੈਨੂੰ ਜਿਹੜੀ ਚੀਜ਼ ਤੋਂ ਪੈਸੇ ਵੱਧ ਮਿਲਦੇ, ਮੈਂ ਵੀ ਆਪਣਾ ਘਰ ਪਾਲਣਾ ਬਾਈ, ਸੋ ਇਹੀ ਚੱਕਰ ਹੈ ਬਾਈ, ਸਿਰਫ ਆਪਣੀ ਫੈਮਿਲੀ ਕਰਕੇ ਕਰਦਾ ਬਾਈ ਜੋ ਵੀ ਕਰਦਾ, ਹੋਰ ਕਿਸੇ ਕਰਕੇ।